ਮੈਂ ਰਾਜਾ ਵੜਿੰਗ ਦੇ ਇੱਕ ਮੈਸੇਜ ਵੇਖ ਕੇ ਟਿਆ ਜਿਹੜਾ ਮੀਡੀਆ ਚੈਨਲ ਵਾਲਿਆਂ ਨੇ ਲਾਇਆ ਇਹ ਰਾਜਾ ਵੜਿੰਗ ਇਹ ਕਹਿੰਦਾ ਕਿ ਮੈਨੂੰ ਬਣਾਓ ਗ੍ਰਹਿ ਮੰਤਰੀ ਇੱਕ ਘੰਟੇ ਦੇ ਵਿੱਚ ਅਮਨ ਸ਼ਾਂਤੀ ਬਣਾ ਦੂੰਗਾ ਤੇ ਮੈਂ ਇਹ ਕਹਿਣਾ ਚਾਹੂੰਗਾ ਇਹ ਤੁਸੀਂ ਮੁੱਦਾ ਜਾਂ ਚੱਕਿਆ ਹੋਣਾ ਜਿਹੜਾ ਇੱਕ ਉਹ ਅਮਰਪਾਲ ਦਾ ਮੈਂ ਤੁਹਾਨੂੰ ਦੱਸਦਾ ਆ ਵੇਖੋ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ ਮੈਨੂੰ ਬਣਾਓ ਗ੍ਰਹਿ ਮੰਤਰੀ ਇੱਕ ਘੰਟੇ 'ਚ ਸੈੱਟ ਕਰ ਦਿਆਂਗਾ ਅਮਨ ਸ਼ਾਂਤੀ ਚੈੱਕ ਕਰੋ ਏ ਫਿਰ ਅਮਨ ਸ਼ਾਂਤੀ ਰਾਜਾ ਵੜਿੰਗ ਜੀ ਮੈਨੂੰ ਜਵਾਬ ਦਿਓ ਤੁਸੀਂ ਭਰਾ ਤੇਰੀ ਫੋਟੋ ਨੇੜੇ ਕਰਕੇ ਬੋਲਾ ਮੈਂ ਆ ਰਿਹਾ ਇਹ 2021 ਦੇ ਵਿੱਚ ਕਿੱਥੇ ਸੀ ਇਹ ਦਿਮਾਗ ਜਿਹੜਾ ਅੱਜੇ ਕੰਮ ਕਰਨ ਲੱਗ ਪਿਆ 2021 ਦੇ ਵਿੱਚ ਕੀ ਹੋਇਆ ਸੀ ਬਾਈ ਬੋਲ ਤਾਂ ਸਹੀ ਯਾਰ ਮਾੜਾ ਮਟਾ ਬੋਲ ਤਾਂ ਵੀਰੇ ਬੋਲਦਾ ਨਹੀਂ ਇੱਕ ਤਾਂ ਕਮਾਲ ਉਹਦੀ ਗੱਲ ਹੋ ਗਈ ਫਿਰ ਮੈਂ ਇਹ ਗੱਲ ਕਹਿਣਾ 2020 ਦੇ ਵਿੱਚ ਰਾਜਾ ਵੜੰਗਾ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤ ਹੋਈ ਉਹਦਾ ਤੁਹਾਡੇ ਦਿਮਾਗ ਕਿੱਥੇ ਸੀ ਉਹਦਾ ਤੁਹਾਡੇ ਅਮਨ ਸ਼ਾਂਤੀ ਬਣਾਉਣ ਵਾਲੇ ਕੰਮ ਕਿੱਥੇ ਸੀ ਤੁਹਾਡੀ ਸਰਕਾਰ ਦੇ ਵਿੱਚ ਇਹੀ ਛਿਪਸਣ ਵਾਲੇ ਸਿੱਖਾਂ ਦੀਆਂ ਧੀਆਂ ਪੈਣਾ ਨੂੰ ਗਾਲ੍ਹਾਂ ਦਿੰਦੇ ਰਹਿਆ ਤੇ ਉਹਦੇ ਰਾਜਾ ਵੜੰਗ ਕਿੱਥੇ ਗਿਆ ਸੀ ਰਾਜਾ ਵੜੰਗ ਗੱਲਾਂ ਕਰ ਰਿਹਾ ਰਾਜਾ ਵੜੰਗ ਤੇਰੇ ਹਲਕੇ ਦੇ ਵਿੱਚ ਐਸਸੀ ਕੈਟਾਗਰੀ ਦੇ ਲੋਕਾਂ ਤੇ ਅਤਿਆਚਾਰ ਹੋਇਆ ਉੱਦੇ ਰਾਜਾ ਵਿਡੰਗ ਕਿੱਥੇ ਸੀ ਧਿਆਨਤਾ ਮਾਰ ਵੀਰੇ ਜਵਾਬ ਦੇਖ ਮੈਨੂੰ ਬੋਲਦਾ ਨਹੀਂਗਾ ਵੇ ਰਾਜਾ ਵਿਡੰਗ ਵੀਰ ਕਿੱਧਰ ਗਿਆ ਇਹ ਤੁਸੀਂ ਤੁਸੀਂ ਨਹੀਂ ਬੋਲਣਾ ਅਸੀਂ ਬੋਲ ਸਕਦੇ ਆ ਸਰਕਾਰਾਂ ਨੂੰ ਛੱਜ ਬੋਲੇ ਪਰ ਸ਼ੰਨ ਨਹੀਂ ਅਸੀਂ ਬੋਲਣ ਨਹੀਂ ਦੇਣੀ ਕਾਂਗਰਸ ਦੀ ਸਰਕਾਰ ਦੇ ਵਿੱਚ ਕੀ ਕੁਛ ਨਹੀਂ ਹੋਇਆ ਮੁਖਸਰ ਦੇ ਵਿੱਚ ਇੱਕ ਜਿਹੜੀ ਔਰਤ ਨੂੰ ਕੁੱਟ ਕੇ ਜੁੰਡਿਆਂ ਤੋਂ ਫੜ ਕੇ ਘ੍ਰਿਸਾ ਗਿਆ ਸੀ ਉਹਦੇ ਵਿੱਚ ਤੁਸੀਂ ਕੀ ਕਰਤਾ 2020 ਦੇ ਵਿੱਚ ਵਾਰਦਾਤਾ ਚੈੱਕ ਕਰ ਲੋ ਤੁਹਾਡੇ ਤੁਸੀਂ ਕਿਹੜੇ ਅਮਨ ਕਾਨੂੰਨ ਦੀਆਂ ਗੱਲਾਂ ਕਰਦੇ ਆ ਤੁਹਾਡੇ ਕਿੰਨੇ ਕਮਨ ਕਾਨੂੰਨ ਬਣੇ ਰਹੇ ਆ ਇਹ ਉਹੀ ਐਮਐਲਏ ਆ ਨਾ ਜਿਹੜਾ ਇੱਕ ਦਰਜੀ ਦੇ ਸਿਰ ਗੰਜਾ ਕਰਨ ਦੀਆਂ ਗੱਲਾਂ ਕਰਦਾ ਸੀ ਉਹ ਰਾਜਾ ਵੜੰਗ ਵੀਰ ਜਵਾਬ ਦੇਣੇ ਪੈਣਗੇ ਤੁਸੀਂ ਉਂਗਲਾ ਕਰ ਕਰਕੇ ਲੈ ਮੈਂ ਕਹਿੰਨਾ ਜੇ ਕਿਤੇ ਭਗਵੰਤ ਮਾਨ ਦੀ ਥਾਂ ਤੇ ਮੈਂ ਹੁੰਦਾ ਨਾ ਮੈਂ ਉਹਨੂੰ 1 ਘੰਟੇ ਨਹੀਂ ਮੈਂ ਉਹਨੂੰ 10 ਘੰਟੇ ਵਾਸਤੇ ਗ੍ਰਹਿ ਮੰਤਰੀ ਬਣਾਉਣਾ ਸੀ ਮੈਨੂੰ ਪਤਾ ਇਹਨੇ ਕਰ ਕੀ ਲੈਣਾ ਇਹ 5 ਸਾਲ ਤੁਹਾਡੀ ਸਰਕਾਰ ਰਹੀ 55 ਸਾਲਾਂ ਦੇ ਵਿੱਚ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਅੱਜ ਰਾਜਾ ਬਣ ਗ੍ਰਹਿ ਮੰਤਰੀ ਬਣਦੀਆਂ ਗੱਲਾਂ ਕਰਦ ਤੁਸੀਂ ਬਣੇ ਸੀ ਟਰਾਂਸਪੋਰਟ ਮੰਤਰੀ ਤੇ ਟਰਾਂਸਪੋਰਟ ਮੰਤਰੀ ਦੇ ਵਿੱਚ ਜਿਹੜੇ ਤੁਹਾਡੇ ਵਿਰੋਧੀ ਸੀ ਉਹਨਾਂ ਦੀਆਂ ਚਾਰ ਬੱਸਾਂ ਬੰਦ ਕਰਾ ਕੇ ਜੇ ਆਉਦੇ ਆਪ ਨੂੰ ਭਾਈ ਸਾਹਿਬ ਤੂੰ ਸਿਕੰਦਰ ਰਾਜਾ ਸਮਝਦਾ ਤੇ ਆਉਦੇ ਮਨ ਦੇ ਵਿੱਚੋਂ ਖਿਆਲ ਕੱਢਦੇ ਉਹ ਚੀਜ਼ ਤੇਰੇ ਵਿੱਚ ਹੈ ਨਹੀਂਗੀ ਤੁਹਾਡੀ ਸਰਕਾਰ ਦੇ ਵਿੱਚ ਅਤਿਆਚਾਰ ਗਨਾਈ ਚੱਲ ਗਏ ਤੁਹਾਡੀ ਸਰਕਾਰ ਦੇ ਵਿੱਚ 14 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਹੋਇਆ ਤੇ ਅੱਜ ਵੀ ਉਹ ਬੱਚੀ ਆ ਜਿਹੜੀ ਕਲਪਨੀ ਫਿਰਦੀ ਆ ਤੁਹਾਡੇ ਐਮਐਲਆ ਨੇ ਕਾਰਵਾਈ ਨਹੀਂ ਹੋਣ ਦਿੱਤੀ ਉਹਨਾਂ ਬੰਦਿਆਂ ਤੇ ਤੇ ਅੱਜ ਰਾਜਾ ਵੜਿੰਗ ਬੋਲੂਗਾ ਰਾਜਾ ਵੜਿੰਗ ਲੋਕਾਂ ਨੂੰ ਜਵਾਬ ਦੇਊਗਾ ਤੁਹਾਡੀ ਸਰਕਾਰ ਦੇ ਵਿੱਚ ਆਹ ਹੁਸਨਰਪਿੰਡ ਦੇ ਵਿੱਚ ਉਹ ਵਿਚਾਰੇ ਜਿਹੜੇ ਮਜਬੀ ਸਿੱਖ ਸੀ ਉਹਨਾਂ ਤੇ ਅਤਿਆਚਾਰ ਕੀਤਾ ਗਿਆ ਤੇ ਰਾਜੇ ਵੜਿੰਗ ਦੇ ਜਿਨ੍ਹਾਂ ਨੇ ਅਤਿਆਚਾਰ ਕੀਤਾ ਸੀ ਉਹ ਕਹਿੰਦੇ ਸੀ ਵੀ ਇਹ ਰਾਜੇ ਵੜਿੰਗ ਦੇ ਬੰਦੇ ਆ ਰਾਜਾ ਵੜਿੰਗ ਬੋਲੂਗਾ ਅੱਛਾ ਜਿਹੜੇ ਅਮਨ ਸ਼ਾਂਤੀ ਭੰਗ ਕਰਨ ਵਾਲੇ ਬੰਦੇ ਅਰ ਜੋ ਹੀ ਅਮਨ ਸ਼ਾਂਤੀ ਬਣਾਉਣਗੇ ਤੁਹਾਡੇ ਇੱਕ ਮੰਤਰੀ ਜਿਹੜਾ ਡੀਐਸਪੀ ਸੇਖੋਂ ਨੂੰ ਪਤਾ ਨਹੀਂ ਕਿੰਨੀ ਉਹਨੇ ਸ਼ਬਦਾਵਲੀਆਂ ਗੰਦੀਆਂ ਬੋਲੀਆਂ ਉਹਦੇ ਅਮਨ ਸ਼ਾਂਤੀ ਬਣਾਉਣ ਦੀ ਗੱਲ ਕਿਉਂ ਨਹੀਂ ਕੀਤੀ ਤੁਸੀਂ ਜਾ ਕੇ ਪਤਾ ਨਹੀਂ ਕੀ ਕਹ ਜਦੋਂ ਡਾਕਟਰ ਦਾ ਰੌਲਾ ਪਿਆ ਫਰੀਦਕੋਟ ਦੇ ਵਿੱਚ ਹਰ 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 ਐ ਕਰਦਾ ਰਿਹਾ ਉੱਥੇ ਤੇ ਭਾਈ ਸਾਹਿਬ ਆ ਜਿਹੜਾ ਮੈਂ ਕੀ ਕੀ ਦੱਸਾਂ ਇੱਥੇ ਸਿਰ ਗੰਜਾ ਕਰਨ ਦੀ ਗੱਲ ਕਿਹਨੇ ਕੀਤੀ ਸੀ ਦਰਜੀ ਦੇ ਪੈਸੇ ਤੂੰ ਨਹੀਂ ਦਿੱਤੇ ਜੇਕਰ ਆਡੀਓ ਵਾਇਰਲ ਹੋਈ ਫਿਰ ਗੱਲਾਂ ਕਰਦੇ ਆ ਇੱਕ ਨਜਾਇਜ਼ ਬੰਦੇ ਤੇ ਕਿਸੇ ਨੇ ਸਵਾਲ ਪੁੱਛੇ ਸੀ ਤੂੰ ਜਾ ਕੇ ਉਹਨਾਂ ਦੇ ਪਰਚਾ ਕਰਾਤਾ ਫਿਰ ਜਿਹੜਾ ਸੰਨੀ ਢੱਲੋਆ ਕਾਲੀ ਦਾ ਲਾਲਾ ਉਹਨੇ ਜਾ ਕੇ ਉਹਨੂੰ ਛਡਾਇਆ ਸੀ ਤੇ ਰਾਜਾ ਵੜਿੰਗ ਤੂੰ ਕਰੇਂਗਾ ਭਾਈ ਅਮਨ ਸ਼ਾਂਤੀ ਦੀਆਂ ਗੱਲਾਂ ਮੈਨੂੰ ਜਵਾਬ ਦੇ ਖ ਮਾੜਾ ਜਾ ਰਾਜਾ ਵੜਿੰਗ ਜੀ ਜਿਨ੍ਹਾਂ ਦੇ ਖੁਦ ਘਰ ਕੱਚ ਦੇ ਹੁੰਦੇ ਆ ਉਹ ਕਿਸੇ ਦੇ ਘਰਾਂ ਨੂੰ ਡਲੇ ਨਹੀਂ ਮਾਰਦੇ ਯਾਦ ਰੱਖੋ ਇਹ ਬੋਲ ਬਾਣੀ ਤੁਹਾਡੀ ਸੀ 2019 ਦੇ ਵਿੱਚ ਕਿ ਜੀ ਦੇ ਘਰ ਕੱਚ ਦੇ ਹੁੰਦੇ ਆ ਕਿਸੇ ਦੇ ਘਰਾਂ ਨੂੰ ਡਲੇ ਨਹੀਂ ਮਾਰਦੇ ਤੇ ਅੱਜ ਰਾਜਾ ਵੜਿੰਗ ਲੋਕਾਂ ਦੇ ਘਰਾਂ ਚ ਡਲੇ ਨਾ ਮਾਰੇ ਰਾਜਾ ਵੜ ਇੱਕ ਤਾਂ ਹੁੰਦਾ ਨਾ ਕੱਚ ਦਾ ਮਹਿਲ ਤੇ ਰਾਜਾ ਵੜਿੰਗ ਦਾ ਤਾਂ ਭਾਈ ਸਾਹਿਬ ਇੱਕ ਮੂਮ ਜਾਮੇ ਦਾ ਮਹਿਲ ਆ ਉਹ ਤਾਂ ਸਿੱਕੇ ਲੱਗੇ ਨਾਲ ਵੀ ਇਕੱਠਾ ਹੋ ਜਾਣਾ ਤਾਂ ਮੇਰਾ ਭਰਾ ਤੂੰ ਰਹਿਂਦੇ ਐ ਐਡਾ ਪੰਜਾਬ ਵਾਸਤੇ ਤੂੰ ਭਲਾ ਨਹੀਂ ਕੀਤਾ ਤੇਰੀ ਸਰਕਾਰ ਦੇ ਵਿੱਚ ਚਿੱਟਾ ਵਿਕਿਆ ਕਿ ਨਹੀਂ ਵਿਕਿਆ ਦੱਸ ਰਾਜਾ ਵਢੰਗ ਤੇਰੀ ਸਰਕਾਰ ਦੇ ਵਿੱਚ ਚਿੱਟੇ ਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਕਿ ਨਹੀਂ ਹੋਈਆਂ ਦੱਸ ਜਵਾਬ ਦੇ ਤੇਰੀ ਸਰਕਾਰ ਦੇ ਵਿੱਚ ਗਰੀਬਾਂ ਦੇ ਅਤਿਆਚਾਰ ਹੋਇਆ ਕਿ ਨਹੀਂ ਹੋਇਆ ਜਵਾਬ ਦੇ ਨਹੀਂ ਜਵਾਬ ਨਹੀਂ ਦੇ ਸਕਦੇ ਤੁਸੀਂ ਤੁਸੀਂ ਲੋਕ ਆ ਕੁਰਸੀ ਦੇ ਭੁੱਖੇ ਤੁਸੀਂ ਜਿਹੜੇ ਲੋਕ ਆ ਤੁਹਾਨੂੰ ਆ ਕੁਰਸੀ ਪਿਆਰੀ ਤੁਹਾਡੀ ਸਰਕਾਰ ਦੇ ਵਿੱਚ ਗੋਲੀਆਂ ਨਹੀਂ ਚੱਲਣਗੀਆਂ ਤੁਹਾਡੀ ਸਰਕਾਰ ਦੇ ਵਿੱਚ ਛੇਵ ਸੈਨ ਵਾਲੇ ਧੀਆ ਪੈਣਾ ਦੀਆਂ ਗਾਹ ਕੱਢਦੇ ਰਹੇ ਆ ਤੇ ਰਾਜੇਵ ਰਿੰਗ ਨੇ ਉਹਦੇ ਕਿਹੜੀ ਚਿੰਗਮ ਮੂੰਹ ਚ ਪਾਈ ਸੀ ਜਿਹੜੀ ਬੋਲਣ ਨਹੀਂ ਦਿੰਦੀ ਸੀ ਦਰਾ ਸਾਨੂੰ ਵੀ ਦੱਸਿਆ ਜਾਵੇ ਅਸੀਂ ਵੀ ਕੋਈ ਮਾੜਾ ਮੋਟਾ 6 ਮਹੀਨੇ ਸਾਹ ਲੈ ਲਾਂਗੇ ਭਾਈ ਅਸੀਂ ਵੀ ਮੂੰਹ ਚ ਚੱਬ ਲਾਂਗੇ ਇਹ ਚਿੰਗਮ ਦੀ ਜਿਹੜੀ ਕੁਰਸੀ ਆ ਇਹ ਅਸਲ ਦੇ ਵਿੱਚ ਜਿਹੜੀ ਤੁਹਾਡੀ ਕੁਰਸੀ ਉਹ ਚਿੰਗਮ ਰਾਜਾ ਵੜਿੰਗ ਦੇ ਕਾਂਗਰਸ ਦੇ ਵਿੱਚ ਬਹੁਤ ਗਲਤ ਕੰਮ ਹੁੰਦੇ ਰਹੇ ਆ ਰਾਜਾ ਵੜਿੰਗ ਨੂੰ ਤਾਂ ਨਹੀਂ ਬੋਲਿਆ ਕਿਉਂਕਿ ਰਾਜਾ ਵੜਿੰਗ ਮੰਤਰੀਆਂ ਨਾਲ ਬਣਾ ਕੇ ਰੱਖਦਾ ਸੀ ਇਹਨੂੰ ਐਸੀ ਮੇਰੇ ਕੰਮ ਨਾ ਰੁਕਣ ਰਾਜਾ ਵੜਿੰਗ ਦੀ ਸਰਕਾਰ ਦੇ ਵੇਲੇ ਵੀ ਰੇਤਾ ਨਹੀਂ ਮਿਲਦਾ ਸੀ ਤੇ ਅੱਜ ਰਾਜਾ ਵੜਿੰਗ ਅਮਨ ਸ਼ਾਂਤੀ ਦੀਆਂ ਗੱਲਾਂ ਕਰਦਾ ਮੈਨੂੰ ਐ ਕਿਉਂ ਲੱਗਦਾ ਕਿ ਸੰਨੀ ਲਿਉਣੀ ਕਹਿੰਦੀ ਆ ਉਹ ਧਰਨੇ ਮਜਾਰੇ ਕਰਦੀ ਫਿਰਦੀ ਆ ਸੰਨੀ ਲਿਉਣੀ ਕਹਿੰਦੀ ਆ ਲੋਕ ਅੰਗ ਪ੍ਰਦਰਸ਼ਨ ਨਹੀਂ ਕਰਨਾ ਤੇ ਨਾ ਰਾਜਾ ਵੜਿੰਗ ਜੀ ਇਹ ਕੰਮ ਨਹੀਂ ਹੁੰਦੇ ਨੇ ਅਸੀਂ ਤੁਹਾਡੀ ਸਰਕਾਰ ਦੇ ਵਿੱਚ ਸਭ ਤੋਂ ਜ਼ਿਆਦਾ ਗਲਤ ਕੰਮ ਹੋਇਆ ਤੁਸੀਂ ਨਹੀਂ ਕਹਿ ਸਕਦੇ ਤੁਹਾਡੀ ਸਰਕਾਰ ਦੇ ਵਿੱਚ ਕਿਹੜੇ ਕਿਹੜੇ ਮੈਂ ਦੱਸਾਂ ਤੁਸੀਂ ਤੁਹਾਡੀ ਸਰਕਾਰ ਦੇ ਵਿੱਚ ਐਮਸੀ ਦੀਆਂ ਵੋਟਾਂ ਪਿੰਨਾਂ ਤੁਹਾਡੇ ਜਿਹੜੇ ਬੰਦੇ ਸੀ ਉਹਨਾਂ ਨੇ ਝਾਰੂ ਵਾਲਿਆਂ ਦੇ ਐਮਸੀ ਜਿਹੜੇ ਉੱਠੇ ਸੀ ਤੇ ਅਕਾਲੀ ਦਲ ਦੇ ਐਮਸੀ ਉੱਠੇ ਸੀ ਉਹਨਾਂ ਦੇ ਮੂੰਹ ਤੇ ਚਪੇੜੇ ਮਾਰਿਆ ਧਰਨਾ ਲਾਇਆ ਸੀ ਉਦੋਂ ਝਾੜੂ ਵਾਲਿਆਂ ਨੇ ਤੇ ਅਕਾਲੀਆਂ ਨੇ ਵੀ ਲਾਇਆ ਸੀ ਤਾਂ ਤੁਸੀਂ ਬੋਲਦੇ ਆ ਅਮਨ ਸ਼ਾਂਤੀ ਵਾਲਾ ਮੈਨੂੰ ਦੱਸੇ ਤਾਂ ਸਹੀ ਕਿਹੜੀ ਸ਼ਾਂਤੀ ਦੀ ਗੱਲ ਕਰਦਾ ਇਹ ਭਾਈ ਸਾਹਿਬ ਫਿਲਮਾਂ ਕਰਨੀਆਂ ਸਿੱਖ ਲੈ ਉਹ ਰੋਲ ਲੈ ਲੈ ਕੋਈ 2-4 ਮੂਵੀਆਂ ਦੇ ਵਿੱਚ ਹਿੱਟ ਹੋ ਜਾਏਗਾ ਤੇਰੀ ਐਕਟਿੰਗ ਬੜੀ ਵਧੀਆ ਤੇਰੇ ਡਾਇਲੋਗ ਤੈਨੂੰ ਵਿਲਨ ਦਾ ਰੋਲ ਮਿਲ ਗਿਆ ਤਾਂ ਮੈਂ ਕਹਿੰਦਾ ساری ਉਮਰਾਂ ਦੀ ਤੇਰੀ ਪੂੰਜੀ ਬਣ ਜਾਣੀ ਆ ਤੈਨੂੰ ਲੋੜ ਨਹੀਂ ਪੈਣੀ ਕਿਸੇ ਗੱਲ ਦੀ ਭਾਈ ਸਾਹਿਬ ਮੈਂ ਗੱਲ ਕਹੂੰਗਾ ਅੱਜ ਦੇ ਝਾੜੂ ਵਾਲਿਆਂ ਦੀ ਸਰਕਾਰ ਆ ਸਾਡੇ ਵਰਗਾ ਕੋਈ ਗੱਲ ਕਰੇ ਤਾਂ ਕਰੇ ਪਰ ਕਾਂਗਰਸ ਦਾ ਲੀਡਰ ਕੋਈ ਗੱਲ ਨਾ ਕਰੇ ਕਿਉਂਕਿ ਜਿਹੜੇ ਅੱਜ ਧਰਨੇ ਤੁਸੀਂ ਲਾਈ ਜਾਂਦੇ ਆ ਤੁਹਾਡੀ ਸਰਕਾਰ ਦੇ ਵਿੱਚ ਵੀ ਉਹ ਝਾੜੂ ਵਾਲੇ ਧਰਨੇ ਲਾਉਂਦੇ ਰਹੇ ਆ ਤਾਂ ਫਿਰ ਤੁਸੀਂ ਆਪ ਦੇ ਆਪ ਨੂੰ ਸਹੀ ਕਿਉਂ ਕਹਿ ਰਹੇ ਆ ਤੁਹਾਡੀ ਸਰਕਾਰ ਦੇ ਵਿੱਚ लाਠੀ ਚਾਰਜ ਕੁੜੀਆਂ ਤੇ ਹੁੰਦੇ ਰਹੇ ਆ ਤੁਸੀਂ ਨੌਜਵਾਨਾਂ ਦੀਆਂ ਲੱਤਾਂ ਤੜਵਾਈਆਂ ਤੁਸੀਂ ਨੌਜਵਾਨਾਂ ਦੇ ਗੁੱਟ ਤੜਵਾਏ ਆ ਡਾਂਗਾ ਮਰਵਾ ਮਰਵਾ ਕੇ ਤੇ ਅਮਨ ਸ਼ਾਂਤੀ ਕਿੱਥੋਂ ਲਿਆਏਗਾ ਜੇ ਮਤਲਬ ਕਿੱਥੋਂ ਲੱਭ ਕੇ ਲਿਆਏਗਾ ਭਰਾ ਅਮਨ ਸ਼ਾਂਤੀ 5 ਮਿੰਟ ਵਾਸਤੇ ਇੱਕ ਘੰਟੇ ਵਾਸਤੇ ਵੀਰੇ ਤੈਨੂੰ ਗ੍ਰਹਿ ਮੰਤਰੀ ਬਣਾਤਾ ਨਾ ਤੂੰ ਤਾਂ 50 ਮਿੰਟਾਂ ਬਾਅਦ ਜਿਨ੍ਹਾਂ ਦੇ ਪੈਸੇ ਦੇਨੇ ਉਹ ਮੁੱਕਰ ਜਾਣੇ ਮੈਨੂੰ ਇਹ ਗੱਲ ਦਾ ਪਤਾ ਤੇ ਭਾਈ ਸਾਹਿਬ ਤੁਸੀਂ ਸਵਾਲ ਨਾ ਕਰੋ ਤੁਹਾਡੀ ਸਰਕਾਰ ਦੇ ਵਿੱਚ ਜੇਕਰ ਤੁਸੀਂ ਗ੍ਰਹਿ ਮੰਤਰੀ ਤੁਹਾਨੂੰ ਲੋਕਾਂ ਨੇ ਸਰਕਾਰ ਨਹੀਂ ਬਣਾਈ ਤੁਹਾਡੀ 2017 ਚ 2017 ਦੇ ਵਿੱਚ ਤੁਹਾਡੀ ਸਰਕਾਰ ਬਣਾਈ ਤੁਹਾਨੂੰ ਚੰਗੀਆਂ ਸੀਟਾਂ ਦਿੱਤੀਆਂ ਤੁਹਾਡਾ ਮੁੱਖ ਮੰਤਰੀ ਬਣਾਇਆ ਤੈਨੂੰ ਮੌਜੂਦਾ ਐਮਐਲਏ ਬਣਾਇਆ ਪਰ ਨਹੀਂ ਰਾਜੇਵ ਵੜਿੰਗ ਨੇ ਢੱਕਾ ਤੋੜ ਕੇ ਦੂਰਾ ਨਹੀਂ ਕੀਤਾ ਅੱਜ ਰਾਜੇਵ ਵੜਿੰਗ ਕਹਿੰਦਾ ਸਾਨੂੰ ਪਾਵਰ ਦਿਓ ਕੀ ਗੱਲ ਪੰਜਾਬ ਦੇ ਲੋਕ ਪਾਗਲ ਸੀ ਜੇਕਰ ਤੁਸੀਂ ਕੰਮ ਕੀਤੇ ਹੁੰਦੇ ਤਾਂ ਤੁਹਾਡੇ ਮਗਰ ਲੱਗੇ ਰਹਿੰਦੇ ਤੁਸੀਂ ਵੀ ਲੋਲੀਪੋਪ ਦਿੱਤੇ ਫ੍ਰੀ ਵਾਲੇ ਉਹ ਤੁਹਾਡਾ ਜਿਹੜਾ ਜਿਹੜਾ ਤੁਹਾਡਾ ਉਹਦਾ ਮੌਜੂਦਾ ਮੁੱਖ ਮੰਤਰੀ ਸੀ ਉਹ ਕਹਿੰਦਾ ਸੀ ਮੈਂ ਘਰ ਘਰ ਨੌਕਰੀ ਦੇਵਾਂਗਾ ਮੈਂ ਐ ਕਰ ਦੂੰਗਾ ਮੈਂ ਉਹ ਕਰ ਦੂੰਗਾ ਇਹ ਭਾਈ ਸਾਹਿਬ ਕਿਹੜੀ ਕੀ ਕੀ ਕਰਨਾ ਚਾਹੁੰਨੇ ਤੁਸੀਂ ਮਤਲਬ ਮੈਨੂੰ ਦੱਸੋ ਤਾਂ ਸਹੀ ਯਾਰ ਛੱਜ ਤਾਂ ਬੋਲੇ ਨਾਲ ਛੰਨ ਨਹੀਂ ਕਿਉਂ ਬੋਲੇ ਜਾਂ ਤਾਂ ਸ਼ਰਮ ਹੈ ਨਹੀਂ ਜਾਂ ਵੇਚ ਕੇ ਖਾ ਲਈ ਆਹੀ ਹੋ ਸਕਦਾ ਇਹ ਭਾਈ ਸਾਹਿਬ ਅਮਨ ਸ਼ਾਂਤੀ ਦੀ ਗੱਲ ਨਾ ਕਰੋ ਤੁਸੀਂ ਤੁਹਾਡੀ ਸਰਕਾਰਾਂ ਦੇ ਵਿੱਚ ਬਹੁਤ ਕੰਮ ਆ ਜਿਹੜੇ ਤੁਹਾਡੇ ਅਮਨ ਸ਼ਾਂਤੀ ਤੁਸੀਂ ਗੱਲ ਕਰਦੇ ਆ लाਠੀ ਚਾਰਜ ਕਰਾਏ ਪਰਚੇ ਕਰਾਏ ਤੁਹਾਡੇ ਮੰਤਰੀ ਬੜਾ ਪੁੱਠਾ ਸਿੱਧਾ ਬੋਲੇ ਜਿਹੜੇ ਅਫਸਰਾਂ ਨੂੰ ਤੁਹਾਡੇ ਮੰਤਰੀਆਂ ਨੇ ਘਪਲੇ ਕੀਤੇ ਆ ਜਿਹੜੇ ਚੌਣ-ਚੌਣ ਕਰੋੜ ਰੁਪਏ ਦੇ ਤੁਹਾਡੇ ਮੰਤਰੀਆਂ ਨੇ ਆ ਵਿਜੀਲੈਂਸ ਵਾਲੇ ਹੁਣ ਚੱਕੀ ਫਿਰਦੇ ਆ ਕੀ ਗੱਲ ਐਵੇਂ ਚੱਕੀ ਫਿਰਦੇ ਆ ਜਵਾਬ ਦੇਖ ਭਾਈ ਹੈਲੋ ਰਾਜਵੰਦ ਸਿੰਘ ਜੀ ਅਸਲ ਦੇ ਵਿੱਚ ਕਾਂਗਰਸ ਨੇ ਪੰਜਾਬ ਦਾ ਭਲਾ ਚਾਇਆ ਹੀ ਨਹੀਂ ਜੇਕਰ ਤੁਹਾਡੀ ਕਾਂਗਰਸ ਪੰਜਾਬ ਦਾ ਪਲਾ ਚਾਉਂਦੀ ਸੇਤ ਸਿੱਖਿਆ ਤੇ ਰੁਜ਼ਗਾਰ ਫ੍ਰੀ ਕਰ ਦਿੰਦੀ ਚਾਹੇ ਉਹ ਐਸਸੀ ਹੁੰਦਾ ਚਾਹੇ ਉਹ ਬੀਸੀ ਹੁੰਦਾ ਚਾਹੇ ਉਹ ਜਰਨਲ ਹੁੰਦਾ ਚਾਹੇ ਉਹ ਹਿੰਦੂ ਮੁਸਲਮ ਸਿੱਖ ਸਾਈ ਹੁੰਦਾ ਤਾਂ ਇੱਥੇ ਰਾਂਦਾ ਪੈਣ ਹੀ ਨਾ ਅਮਨ ਸ਼ਾਂਤੀ ਦੀਆਂ ਅਮਨ ਸ਼ਾਂਤੀ ਦਾ ਭਾਈ ਸਾਹਿਬ ਤੇਰੇ ਵਰਗੇ ਖਰਾਬ ਕਰ ਰਹੇ ਹੁਣ ਹਾਂਜੀ ਅਸੀਂ ਐ ਕਰਦਾਂਗੇ ਅਸੀਂ ਹੋ ਕਰਦਾਂਗੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਰਾਜਾ ਵੜਿੰਗ 17 ਤੋਂ ਲੈ ਕੇ 21 ਤੱਕ ਕਿੱਥੇ ਸੀਗਾ ਇੱਥੇ ਸੀ ਨਾ ਭਾਈ ਸਾਹਿਬ 2022 ਚ ਹੀ ਵੋਟਾਂ ਪਈਆਂ ਹੋਣੀ ਪਈਆਂ ਅੱਜ ਰਾਜਾ ਵੜਿੰਗ ਦਾ ਦਿਮਾਗ ਕਿਵੇਂ ਚੱਲ ਪਿਆ ਇੱਕੀ ਮਤਲਬ ਕੁਰਸੀ ਤੇ ਸੁਸਤੀ ਪਾ ਨਾ ਜਾ ਹੋਣਾ ਮੈਨੂੰ ਲੱਗਦਾ ਉਹ ਦਿਮਾਗ ਨੂੰ ਸੁਸਤ ਜਾ ਕਰ ਦਿੰਦੀ ਹੁੰਦੀ ਨੇ ਮਤਲਬ ਦਿਮਾਗ ਕਹਿੰਦਾ ਹੋਣਾ ਰਾਜਾ ਵੜਿੰਗ ਜੀ ਲੋਕਾਂ ਦੇ ਕੰਮ ਕਰਗੇ ਕੁਰਸੀ ਕਰ ਨਹੀਂ ਬੈ ਜਾ ਰਾ ਹਾਉਣਾ ਕੋਸ ਨਹੀਂ ਨਾ ਦੂਜੇ ਮੰਤਰੀ ਕਿਨ ਬਣਾ ਕੇ ਭਾਈ ਸਾਹਿਬ ਸਿਹਤ ਸਿੱਖਿਆ ਰੋਜ਼ਗਾਰ ਤਿੰਨ ਚੀਜ਼ਾਂ ਦਾ ਮੁੱਦਾ ਜਿਹੜਾ ਅਜੇ ਤੱਕ ਕਾਂਗਰਸ ਨੇ ਪੂਰਾ ਨਹੀਂ ਕੀਤਾ ਗਰੀਬੀ ਚੱਕਣ ਦੀ ਗੱਲ ਕੀਤੀ ਸੀ ਕਾਂਗਰਸ ਨੇ ਤਾਂ ਗਰੀਬੀ ਚੱਕੀ ਜ਼ਰੂਰ ਪਰ ਇਹਨੇ ਆਪ ਦੇ ਨੇਤਾ ਦੀ ਆਪ ਦੇ ਲੀਡਰਾਂ ਦੀ ਔਰ ਜਿਹੜੇ ਕਾਂਗਰਸ ਦੇ ਵਿੱਚ ਰਹਿਣ ਵਾਲੇ ਸੀ ਤੁਹਾਡੀ ਕਾਂਗਰਸ ਦੇ ਵਿੱਚ ਸਿੱਧੇ ਪਟਵਾਰੀ ਲੱਗੇ ਸਿੱਧੇ ਡੀਐਸਪੀ ਲੱਗੇ ਤੁਹਾਡੇ ਜਿਹੜੇ ਨੇਤਾ ਤੇ ਜਿਹੜੇ ਚਾਇ ਚਾਚਾ ਦੇ ਪੁੱਤ ਸੀਗੇ ਚਲੋ ਤਾਂ ਐਮਐਲਏ ਦੇ ਮੁੰਡਿਆਂ ਨੇ ਜਵਾਬ ਦਿੱਤਾ ਸੀਗੇ ਜਿਹੜੇ ਪਟਵਾਰੀ ਖਣੀ ਲੱਗੇ ਸੀਗੇ ਤਾਂ ਮੈਨੂੰ ਤੁਸੀਂ ਦੱਸੋ ਭਾਈ ਸਾਹਿਬ ਕਿਹੜੀ ਤੁਸੀਂ ਕਾਨੂੰਨ ਵਿਵਸਥਾ ਦੀ ਗੱਲ ਕਰਨਾ ਰਾਜਾ ਵੜਿੰਗ ਕਿਹੜੀ ਤੁਸੀਂ ਅਮਨ ਸ਼ਾਂਤੀ ਦੀ ਗੱਲ ਕਰਦੇ ਆ ਤੁਹਾਡੇ ਵੇਲੇ ਆ ਸ਼ਿਵਸੈਨ ਵਾਲਿਆਂ ਨੇ ਭਿੰਡਰਾਂ ਵਾਲੇ ਦੇ ਪੋਸਟਰ ਪਾੜੇ ਸੀ ਕਿ ਨਹੀਂ ਪਾੜੇ ਸੀ ਤੁਸੀਂ ਦੱਸੋ ਜਦੋਂ ਪਰਵਾਨੇ ਵਾਲਾ ਰੌਲਾ ਪਿਆ ਤੁਹਾਡੀ ਸਰਕਾਰ ਦੇ ਵਿੱਚ ਬੜਾ ਪੁੱਠਾ ਸਿੱਧਾ ਬੋਲੇ ਉਦੋਂ ਰਾਜਾ ਵੜਿੰਗ ਫਿਰ ਮੈਂ ਕਹੂੰਗਾ ਚੁੱਪ ਰਿਆ ਤਾਂ ਭਾਈ ਸਾਹਿਬ ਪਿਆਰੇ ਵੀਰ ਜੀ ਛੱਜ ਬੋਲੇ ਪਰ ਕੋਈ ਛੰਨ ਨਹੀਂ ਆ ਕੇਵੇਂ ਛੰਨ ਛੰਨਾ ਕਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ